ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਡਾਕਟਰ ਮਨਜੀਤ ਸਿੰਘ ਸੈਣੀ ਅਤੇ ਮੈਂ ਜਲੰਧਰ ਮਾਡਲ ਟਾਊਨ ਦੇ ਵਿੱਚ ਮਨਜੀਤ ਸੈਣੀ ਹੋਸਪਿਟਲ ਚਲਾਉਂਦਾ। ਸੋ ਅਸੀਂ ਇੱਥੇ ਨਸ਼ਿਆਂ ਦਾ ਇਲਾਜ ਅਤੇ ਹਰ ਕਿਸਮ ਦੀ ਦਿਮਾਗੀ ਬਿਮਾਰੀ ਦਾ ਇਲਾਜ ਕਰਦੇ ਹਾਂ। ਸੋ ਅੱਜ ਮੈਂ ਤੁਹਾਡੇ ਨਾਲ ਰੂਬਰੂ ਹੋਣਾ ਚਾਹਾਂਗਾ ਦਿਮਾਗੀ ਬਿਮਾਰੀਆਂ ਬਾਰੇ। ਸੋ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਅੱਜ ਕੱਲ੍ਹ ਜ਼ਿੰਦਗੀ ਦੀ ਰਫਤਾਰ ਬਹੁਤ ਵੱਧ ਗਈ ਹੈ, ਹਰ ਬੰਦਾ ਮਾਰੋ ਮਾਰ ਕੀਤੀ ਹੋਈ ਹੈ, ਹਰ ਬੰਦੇ ਦੀ ਦੌੜ ਲੱਗੀ ਹੋਈ ਹੈ ਪੈਸੇ ਕਮਾਉਣ ਪਿੱਛੇ, ਵਧੀਆ ਕੰਮ ਕਰਨ ਪਿੱਛੇ, ਵਧੀਆ ਕਾਰ, ਵਧੀਆ ਘਰ, ਵਧੀਆ ਲਾਈਫ ਪਾਰਟਨਰ। ਸੋ ਇਹ ਮਾਰੋ ਮਾਰ ਦੇ ਵਿੱਚ ਬਹੁਤ ਸਾਰੇ ਸਾਡੇ ਵੀਰ ਇਸ ਤਰ੍ਹਾਂ ਦੇ ਨੇ, ਬਹੁਤ ਸਾਰੇ ਨੌਜਵਾਨ ਇਸ ਤਰ੍ਹਾਂ ਦੇ ਨੇ ਜਿਹੜੇ ਪਿੱਛੇ ਰਹਿ ਜਾਂਦੇ ਨੇ, ਜਾਂ ਜਿਨ੍ਹਾਂ ਨੂੰ ਜ਼ਿੰਦਗੀ 'ਚ ਇੰਨੀ ਕਾਮਯਾਬੀ ਨਹੀਂ ਮਿਲਦੀ, ਜਾਂ ਕਈਆਂ ਦੇ ਹਾਲਾਤ ਘਰ ਦੇ ਇਸ ਤਰ੍ਹਾਂ ਦੇ ਹੁੰਦੇ ਨੇ, ਆਫਿਸ ਦੇ ਹਾਲਾਤ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਉਹ ਨਸ਼ਿਆਂ ਜਾਂ ਦਿਮਾਗੀ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਨੇ। ਸੋ ਦਿਮਾਗੀ ਬਿਮਾਰੀਆਂ ਜਿਵੇਂ ਕਿ ਅਸੀਂ ਰੋਜ਼ ਪੜ੍ਹਦੇ ਹਾਂ, ਰੋਜ਼ ਦੇਖਦੇ ਹਾਂ, ਕਾਫੀ ਕਿਸਮ ਦੀਆਂ ਹੁੰਦੀਆਂ ਨੇ, ਬਟ ਆਮ ਤੌਰ 'ਤੇ ਜਿਹੜੀਆਂ ਅਲਾਮਤਾਂ ਅਸੀਂ ਦੇਖਣ ਵਿੱਚ ਆਈਆਂ ਨੇ, ਜਿੱਥੋਂ ਕਿ ਘਰ ਦੇ ਜਾਂ ਇੱਕ ਆਮ ਬੰਦਾ ਦੱਸ ਸਕਦਾ ਵੇ ਕਿ ਦੂਜੇ ਬੰਦੇ ਨੂੰ ਕੋਈ ਨਾ ਕੋਈ ਦਿਮਾਗ ਵਿੱਚ ਤਕਲੀਫ ਹੈ, ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਾਂਗਾ। ਸਭ ਤੋਂ ਪਹਿਲਾਂ ਜਿਹੜੀਆਂ ਕੁਛ ਅਲਾਮਤਾਂ ਨੇ, ਜਿਵੇਂ ਕਿ ਮਰੀਜ਼ ਅਸੀਂ ਕਹਿੰਦੇ ਹਾਂ ਚੁੱਪ ਚਾਪ ਰਹਿੰਦਾ ਵੇ, ਕਿਸੇ ਨਾਲ ਗੱਲ ਨਹੀਂ ਕਰਦਾ, ਜਾਂ ਜਿੰਨਾ ਕੁ ਸਵਾਲ ਪੁੱਛੋ ਉਨਾ ਹੀ ਜਵਾਬ ਦਿੰਦਾ ਵੇ, ਜੇ ਕੋਈ ਘਰ ਆਉਂਦਾ ਵੀ ਹੈ ਉਹ ਜ਼ਿਆਦਾ ਉਤਾਰ ਉਹਦੇ ਨਾਲ ਬੈਠਦਾ ਨਹੀਂ ਹੈਗਾ, ਜਾਂ ਬੈਠੇਗਾ ਬੈਠ ਕੇ ਚਲਾ ਜਾਂਦਾ ਵੇ, ਜਾਂ ਮਰੀਜ਼ ਸਾਰਾ ਦਿਨ ਕੰਪਲੇਂਟ ਕਰਦਾ ਵੇ ਕਿ ਉਹਦਾ ਸਿਰ ਭਾਰੀ ਰਹਿੰਦਾ ਵੇ, ਜਾਂ ਉਹਨੂੰ ਬੜੀ ਘਬਰਾਹਟ ਰਹਿੰਦੀ ਹੈ, ਜਾਂ ਉਹਦੇ ਸਿਰ ਵਿੱਚ ਟਸ ਟਸ ਕਰਕੇ ਦਰਦ ਆਉਂਦੀ ਰਹਿੰਦੀ ਹੈ, ਜਾਂ ਉਹਦਾ ਰੋਣ ਨੂੰ ਮਨ ਕਰਦਾ ਵੇ, ਜਾਂ ਉਹਦਾ ਕੁਛ ਕੰਮ ਕਰਨ ਨੂੰ ਦਿਲ ਨਹੀਂ ਕਰਦਾ, ਆਫਿਸ ਜਾਣ 'ਚ ਦਿਲ ਨਹੀਂ ਕਰਦਾ, ਜੇ ਕੋਈ ਬੱਚਾ ਹੋਵੇ ਉਹਦਾ ਪੜ੍ਹਾਈ 'ਚ ਦਿਲ ਨਹੀਂ ਕਰਦਾ, ਉਹਦਾ ਘੁੰਮਣ ਫਿਰਨ ਨੂੰ ਦਿਲ ਨਹੀਂ ਕਰਦਾ, ਭੁੱਖ ਨਹੀਂ ਲੱਗਦੀ ਜਾਂ ਬਹੁਤ ਜ਼ਿਆਦਾ ਭੁੱਖ ਲੱਗਦੀ ਹੈ, ਨੀਂਦ ਨਹੀਂ ਆਉਂਦੀ, ਜੇ ਨੀਂਦ ਆ ਜਾਵੇ ਤਾਂ ਉਹ ਟੁੱਟ ਜਾਂਦੀ ਹੈ, ਮਰੀਜ਼ ਅੱਧੀ ਰਾਤ ਜਾਗ ਪੈਂਦਾ ਦੁਬਾਰਾ ਨਹੀਂ ਸੌਂਦਾ। ਜਾਂ ਅਸੀਂ ਦੇਖਦੇ ਹਾਂ ਕਿ ਉਹਦੇ ਜਿਹੜੇ ਸ਼ੌਕ ਹੈਗੇ ਜ਼ਿੰਦਗੀ ਦੇ ਵਿੱਚ ਉਹ ਖਤਮ ਹੋਣੇ ਸ਼ੁਰੂ ਹੋ ਗਏ ਨੇ। ਸੋ ਇਹ ਆਮ ਤੌਰ 'ਤੇ ਅਲਾਮਤਾਂ ਅਸੀਂ ਦੇਖਦੇ ਹਾਂ ਜਿਹੜੇ ਕਿ ਮਰੀਜ਼ ਨੂੰ ਉਦਾਸੀ ਦੀ ਬਿਮਾਰੀ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਡਿਪਰੈਸ਼ਨ ਦੀ ਬਿਮਾਰੀ ਹੋ ਗਈ ਹੈ, ਨਾਲ ਉਹਨੂੰ ਘਬਰਾਹਟ ਸ਼ੁਰੂ ਹੋ ਗਈ ਹੈ, ਜਾਂ ਉਹਦੇ ਵਿੱਚ ਅਸੀਂ ਦੇਖਦੇ ਹਾਂ ਕਿ ਮਰੀਜ਼ ਬਾਰ ਬਾਰ ਇੱਕੋ ਕੰਮ ਕਰਦਾ ਹੋਵੇ, ਬਾਰ ਬਾਰ ਉਹ ਇੱਕੋ ਹੀ ਖਿਆਲ ਉਹਦੇ ਦਿਮਾਗ 'ਚ ਆਉਂਦੇ ਰਹਿੰਦੇ ਨੇ, ਉਹ ਘੁੰਮਦੇ ਰਹਿੰਦੇ ਨੇ, ਉਹ ਕਦੀ ਆਪਣੇ ਹੱਥ ਧੋਂਦਾ ਵੇ ਬਾਰ ਬਾਰ, ਉਹ ਬਾਰ ਬਾਰ ਸਫਾਈਆਂ ਕਰਦਾ ਵੇ, ਬਾਰ ਬਾਰ ਤਾਲੇ ਚੈੱਕ ਕਰਦਾ ਵੇ, ਬਾਰ ਬਾਰ ਲਾਈਟਾਂ ਚੈੱਕ ਕਰਦਾ ਵੇ ਜੇ ਉਹਦੇ ਕੱਪੜੇ ਗੰਦੇ ਹੋ ਜਾਣ, ਬਾਰ ਬਾਰ ਧੋਂਦਾ ਵੇ, ਇੱਥੇ ਤੱਕ ਕਿ ਆਪਣੇ ਡਰਾਇੰਗ ਰੂਮ ਬੈਡਰੂਮ ਉਹ ਵੀ ਬਾਰ ਬਾਰ ਧੋਂਦਾ ਰਹਿੰਦਾ ਨੇ। ਸੋ ਇਹ ਵੀ ਇੱਕ ਦਿਮਾਗੀ ਬਿਮਾਰੀ ਦੀ ਨਿਸ਼ਾਨੀ ਹੈ। ਸੋ ਇਹਨੂੰ ਅਸੀਂ ਕਹਿੰਦੇ ਹਾਂ OCD, ਉਹ ਓਬਸੈਸਿਵ ਕੰਪਲਸਿਵ ਡਿਸਆਰਡਰ। ਸੋ ਇਹ ਉਦਾਸੀ ਦੀ ਬਿਮਾਰੀ ਦੇ ਨਾਲ ਵੀ ਹੋ ਸਕਦੀ ਹੈ, ਇਕੱਲੀ ਵੀ ਹੋ ਸਕਦੀ ਹੈ। ਇਸ ਤੋਂ ਇਲਾਵਾ ਬਹੁਤ ਸਾਰੇ ਅਸੀਂ ਮਰੀਜ਼ ਦੇਖਦੇ ਹਾਂ ਜਿਨ੍ਹਾਂ ਵਿੱਚ ਸ਼ੱਕ ਵਹਿਮ ਦੀ ਬਿਮਾਰੀ ਹੈ। ਸੋ ਮਰੀਜ਼ ਸ਼ੱਕ ਕਰਦਾ ਵੇ ਕਿ ਮੇਰੇ 'ਤੇ ਕੋਈ ਨਾ ਕੋਈ ਬੰਦਾ ਨਿਗਾਹ ਲਾਈ ਬੈਠਾ ਵੇ, ਜਦੋਂ ਮੈਂ ਬਾਹਰ ਜਾਂਦਾ ਵਾਂ ਲੋਕ ਮੇਰੇ ਵੱਲ ਦੇਖਦੇ ਰਹਿੰਦੇ ਨੇ, ਜਦੋਂ ਮੈਂ ਘਰ 'ਚ ਵੀ ਹੁੰਦਾ ਵਾਂ ਤਾਂ ਵੀ ਕੋਈ ਇਹੋ ਜਿਹੀ ਤਾਕਤ ਹੈ ਜਿਹੜੀ ਮੇਰੇ 'ਤੇ ਦੇਖਦੀ ਰਹਿੰਦੀ ਹੈ, ਜਾਂ TV ਦੇ ਵਿੱਚ ਜਾਂ ਰੇਡੀਓ ਦੇ ਵਿੱਚ ਮੇਰੇ ਬਾਰੇ ਖਬਰਾਂ ਆਉਂਦੀਆਂ ਨੇ, ਜਾਂ ਲੋਕ ਮੈਨੂੰ ਮਾਰਨ ਦੀ ਪਲੈਨਿੰਗ ਕਰਦੇ ਪਏ ਵੇ। ਜਦੋਂ ਵੀ ਕੋਈ ਬੰਦਾ ਘਰ ਆਉਂਦਾ ਵੇ ਉਹਨੂੰ ਕਾਫੀ ਘਬਰਾਹਟ ਹੋ ਜਾਂਦੀ ਹੈ ਅਤੇ ਉਹ ਚੁੱਪ ਕਰਕੇ ਅੰਦਰ ਚਲਾ ਜਾਂਦਾ ਵੇ, ਉਹਨੂੰ ਹੁੰਦਾ ਵੇ ਕਿ ਇਹ ਬੰਦੇ ਨੂੰ ਬਾਹਰ ਭੇਜ ਦਿਓ, ਇਹ ਸਾਡਾ ਨੁਕਸਾਨ ਕਰਨ ਆਇਆ ਵੇ, ਜਾਂ ਸਾਨੂੰ ਕੋਈ ਜ਼ਹਿਰ ਨਾ ਖਵਾ ਦੇ, ਜਾਂ ਸਾਡੀ ਰੋਟੀ ਵਿੱਚ ਕੁਛ ਨਾ ਮਿਲਾ ਦੇ। ਸੋ ਇਸੇ ਤਰ੍ਹਾਂ ਦੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਡਰ ਵਹਿਮ ਸ਼ੱਕ ਮਰੀਜ਼ ਦੇ ਦਿਮਾਗ 'ਚ ਆਉਂਦੇ ਨੇ, ਜਾਂ ਕਈ ਮਰੀਜ਼ ਹੁੰਦੇ ਨੇ ਉਹ ਆਪਣੀ ਵਾਈਫ 'ਤੇ ਜਾਂ ਵਾਈਫ ਆਪਣੇ ਹਸਬੈਂਡ 'ਤੇ ਸ਼ੱਕ ਕਰਨਾ ਸ਼ੁਰੂ ਕਰ ਦਿੰਦੀ ਹੈ ਕਿ ਇਹਦਾ ਕਿਸੇ ਹੋਰ ਨਾਲ ਅਫੇਅਰ ਹੈ। ਸੋ ਬਹੁਤ ਸਾਰੇ ਮਰੀਜ਼ ਹੈ ਜਿਹੜੇ ਜਿਨ੍ਹਾਂ ਨੂੰ ਇਸ ਤਰ੍ਹਾਂ ਲੱਗਣ ਲੱਗ ਜਾਂਦਾ ਕਿ ਉਹਨਾਂ ਦੇ ਸਰੀਰ 'ਤੇ ਅੰਦਰ ਕੁਛ ਆ ਗਿਆ ਵੇ, ਕੋਈ ਪੰਛੀ ਚਲਾ ਗਿਆ ਵੇ, ਜਾਂ ਕੋਈ ਕੀੜੇ ਹੈਗੇ ਵੇ ਜਿਹੜੇ ਚੱਲ ਰਹੇ ਨੇ ਸਰੀਰ ਦੇ ਵਿੱਚ, ਜਾਂ ਕੋਈ ਦੂਸਰੇ ਦੀ ਆਤਮਾ ਉਹਦੇ ਅੰਦਰ ਚਲੀ ਗਈ ਹੈ। ਸੋ ਇਹ ਬਹੁਤ ਸਾਰੀਆਂ ਜਿਹੜੀਆਂ ਮੈਂ ਅਲਾਮਤਾਂ ਬੋਲੀਆਂ ਨੇ ਇਹ ਦਿਮਾਗੀ ਬਿਮਾਰੀਆਂ ਦੀ ਨਿਸ਼ਾਨੀ ਹੈ। ਸੋ ਦਿਮਾਗੀ ਬਿਮਾਰੀਆਂ ਤੁਹਾਡੀਆਂ ਅਸੀਂ ਜਿਹਨੂੰ ਕਹਿੰਦੇ ਹਾਂ ਮਾਈਨਰ ਹਲਕੀ ਕਿਸਮ ਦੀ ਵੀ ਹੋ ਸਕਦੀਆਂ ਵੇ, ਜਾਂ ਅਸੀਂ ਕਹਿੰਦੇ ਹਾਂ ਮੇਜਰ ਕਿਸਮ ਦੀਆਂ ਕਿ ਇਹ ਵੱਡੀ ਤਰ੍ਹਾਂ ਦੀ ਦਿਮਾਗੀ ਬਿਮਾਰੀ ਹੈਗੀ ਹੈ। ਸੋ ਛੋਟੀ ਬਿਮਾਰੀ ਹੋਵੇ ਚਾਹੇ ਵੱਡੀ ਬਿਮਾਰੀ ਹੋਵੇ, ਅਸੀਂ ਦਿਮਾਗੀ ਬਿਮਾਰੀ ਦੇ ਮਾਹਰ ਡਾਕਟਰ ਕੋਲ ਜ਼ਰੂਰ ਜਾਣਾ ਵੇ,
ਉਹਨੂੰ ਆਪਣੀ ਬਿਮਾਰੀ ਡਿਟੇਲ 'ਚ ਦੱਸਣੀ ਹੈ ਤਾਂ ਕਿ ਉਹਦਾ ਟਾਈਮ ਸਿਰ ਹੀ ਇਲਾਜ ਕੀਤਾ ਜਾਵੇ। ਇਹ ਬਹੁਤ ਜ਼ਰੂਰੀ ਹੁੰਦਾ ਵੇ ਕਿ ਡਾਕਟਰ ਜਿੰਨੀ ਦੇਰ ਵਾਸਤੇ ਦਵਾਈ ਦੇਵੇ ਉਨੀ ਦੇਰ ਵਾਸਤੇ ਖਾਣੀ ਚਾਹੀਦੀ ਹੈ, ਕਿਉਂਕਿ ਦਿਮਾਗੀ ਬਿਮਾਰੀਆਂ ਦਾ ਜਿਹੜਾ ਇਲਾਜ ਹੁੰਦਾ ਵੇ ਉਹ ਥੋੜ੍ਹਾ ਜਿਹਾ ਲੰਬਾ ਇਲਾਜ ਹੁੰਦਾ ਵੇ। ਉਹ ਆਮ ਤੌਰ 'ਤੇ ਅਸੀਂ ਕੁਛ ਮਹੀਨਿਆਂ ਵਾਸਤੇ ਜਾਂ ਕਈ ਵਾਰੀ ਸਾਲਾਂ ਦੇ ਵਿੱਚ ਵੀ ਦਵਾਈ ਦੇਣੀ ਪੈਂਦੀ ਹੈ, ਮਰੀਜ਼ ਠੀਕ ਹੋ ਜਾਵੇ ਪਰ ਉਸ ਤੋਂ ਬਾਅਦ ਵੀ ਦਵਾਈ ਚੱਲਦੀ ਹੈਗੀ ਹੈ। ਸੋ ਇਹ ਮੈਂ ਮਰੀਜ਼ਾਂ ਨੂੰ ਦੱਸਣਾ ਚਾਹਾਂਗਾ ਕਿ ਇਹ ਨਹੀਂ ਕਰਨਾ ਕਿ ਮੈਂ ਹੁਣ ਠੀਕ ਹੋ ਗਿਆ ਵਾਂ ਅਤੇ ਇਹਦਾ ਮਤਲਬ ਹੈ ਕਿ ਮੈਂ ਦਵਾਈ ਆਪਣੀ ਬੰਦ ਕਰ ਦੇਵਾਂ। ਸੋ ਇਹੋ ਜਿਹੀ ਗਲਤੀ ਕਦੀ ਨਹੀਂ ਕਰਨੀ। ਜਿੰਨੀ ਦੇਰ ਤੁਹਾਡਾ ਡਾਕਟਰ ਕਹਿੰਦਾ ਵੇ ਇਲਾਜ ਕਰਨਾ ਵੇ, ਅੱਜ ਕੱਲ੍ਹ ਬਹੁਤ ਅੱਛੀਆਂ ਦਵਾਈਆਂ ਆਈਆਂ ਵੇ, ਬਹੁਤ ਸਾਰੀ ਬਿਮਾਰੀਆਂ ਦਾ ਇਲਾਜ ਪੂਰੀ ਤਰ੍ਹਾਂ ਸੰਭਵ ਹੈ। ਇਹ ਦਵਾਈਆਂ ਤੋਂ ਇਲਾਵਾ ਹੋਰ ਵੀ ਮਸ਼ੀਨਾਂ ਆਉਂਦੀਆਂ ਨੇ ਜਿਹਦੇ ਨਾਲ ਅਸੀਂ ਇਹਨਾਂ ਦਾ ਦਿਮਾਗੀ ਬਿਮਾਰੀਆਂ ਦਾ ਇਲਾਜ ਕਰਦੇ ਹਾਂ। ਸੋ ਕਈ ਬੰਦੇ ਵਹਿਮਾਂ 'ਚ ਪੈ ਜਾਂਦੇ ਨੇ, ਉਹ ਨੀਮ ਹਕੀਮਾਂ ਕੋਲ ਚਲੇ ਜਾਂਦੇ ਨੇ ਜਾਂ ਹੋਰ ਪਾਸੇ ਤੁਰਨਾ ਸ਼ੁਰੂ ਕਰ ਦਿੰਦੇ ਨੇ ਕਿ ਇੱਥੇ ਜਾ ਕੇ ਸ਼ਾਇਦ ਸਾਡੀ ਦਿਮਾਗੀ ਬਿਮਾਰੀ ਠੀਕ ਹੋ ਜਾਏਗੀ। ਸੋ ਇਹਦੇ ਨਾਲ ਬਿਮਾਰੀ ਟਾਈਮ ਦੇ ਨਾਲ ਵੱਧਦੀ ਹੈਗੀ ਹੈ, ਘੱਟਦੀ ਨਹੀਂ। ਸੋ ਮੈਂ ਤਾਂ ਤੁਹਾਨੂੰ ਇਹੀ ਸਲਾਹ ਦੇਵਾਂਗਾ ਕਿ ਜੇ ਕਿਸੇ ਨੂੰ ਵੀ ਦਿਮਾਗੀ ਬਿਮਾਰੀ ਹੈ ਉਹ ਬਿਨਾਂ ਟਾਈਮ ਵੇਸਟ ਕੀਤੇ, ਬਿਨਾਂ ਕਿਸੇ ਹੈਜੀਟੇਸ਼ਨ ਦੇ, ਬਿਨਾਂ ਕਿਸੇ ਝਿਜਕ ਦੇ ਦਿਮਾਗੀ ਬਿਮਾਰੀਆਂ ਦੇ ਮਾਹਰ ਡਾਕਟਰ ਕੋਲ ਆਏ ਅਤੇ ਆਪਣਾ ਇਲਾਜ ਆ ਕੇ ਕਰਵਾਏ, ਕਿਉਂਕਿ ਦਵਾਈਆਂ ਇੰਨੀਆਂ ਅੱਛੀਆਂ ਆ ਗਈਆਂ ਹਨ, ਇੰਨੇ ਅੱਛੇ ਇਲਾਜ ਆ ਗਏ ਹਨ ਕਿ ਕੋਈ ਵੀ ਬਿਮਾਰੀ ਦਾ ਇਲਾਜ ਸੰਭਵ ਹੈ। ਹਾਂ, ਇਹ ਜ਼ਰੂਰ ਹੋ ਸਕਦਾ ਵੇ ਕਿ ਕਈ ਬਿਮਾਰੀਆਂ ਵਾਸਤੇ ਲੰਬੇ ਸਾਨੂੰ ਦਵਾਈ ਲੰਬੇ ਅਰਸੇ ਵਾਸਤੇ ਦੇਣੀ ਪੈਂਦੀ ਹੈ। ਸੋ ਇਸ ਤੋਂ ਇਲਾਵਾ ਇਹ ਜ਼ਰੂਰੀ ਹੈ ਕਿ ਘਰ ਦਾ ਮਾਹੌਲ ਠੀਕ ਰਹੇ, ਘਰ ਦੇ ਜਿਹੜੇ ਸਾਰੇ ਮੈਂਬਰ ਨੇ ਉਹ ਪੇਸ਼ੈਂਟ ਨਾਲ ਕੋਆਪਰੇਟ ਕਰਨ, ਪੇਸ਼ੈਂਟ 'ਤੇ ਜ਼ਿਆਦਾ ਦਿਮਾਗੀ ਪ੍ਰੈਸ਼ਰ ਨਾ ਪਾਉਣ, ਇਹੋ ਜਿਹੇ ਹਾਲਾਤ ਕ੍ਰੀਏਟ ਨਾ ਕਰਨ ਕਿ ਮਰੀਜ਼ ਟੈਨਸ਼ਨ 'ਚ ਆ ਜਾਏ ਜਾਂ ਉਹਦਾ ਦਿਮਾਗੀ ਸੰਤੁਲਨ ਜਿਹੜਾ ਅੱਗੇ ਥੋੜ੍ਹਾ ਜਿਹਾ ਖਰਾਬ ਹੈ ਹੋਰ ਖਰਾਬ ਹੋ ਜਾਏ। ਸੋ ਮਾਹੌਲ ਅੱਛਾ ਰੱਖੋ, ਮਰੀਜ਼ ਖੇਡਾਂ 'ਚ ਪਾਰਟੀਸਪੇਟ ਕਰੇ, ਯੋਗਾ 'ਚ ਪਾਰਟੀਸਪੇਟ ਕਰੇ, ਮੈਡੀਟੇਸ਼ਨ ਕਰੇ, ਅੱਛੇ ਬੰਦਿਆਂ ਦੀ ਕੰਪਨੀ 'ਚ ਬੈਠੇ, ਅੱਛੇ ਟੀ ਵੀ 'ਤੇ ਸੀਰੀਅਲ ਦੇਖੇ, ਪਾਠ ਪੂਜਾ ਕਰੇ, ਅੱਛੀਆਂ ਬੁੱਕਸ ਪੜ੍ਹੇ ਤਾਂ ਕਿ ਉਹਦਾ ਜਿਹੜਾ ਦਿਮਾਗੀ ਸੰਤੁਲਨ ਰਹੇ ਉਹ ਅੱਛਾ ਬਣਿਆ ਰਹੇ। ਸੋ ਦੋਸਤੋ, ਮੇਰਾ ਖਿਆਲ ਤੁਹਾਨੂੰ ਕਾਫੀ ਹੱਦ ਤੱਕ ਪਤਾ ਲੱਗ ਗਿਆ ਹੋਏਗਾ ਕਿ ਦਿਮਾਗੀ ਬਿਮਾਰੀਆਂ ਦੇ ਲੱਛਣ ਕੀ ਹੈ। ਜੇ ਤੁਹਾਡੇ ਆਸ ਪਾਸ ਜਾਂ ਤੁਹਾਡੇ ਪਰਿਵਾਰ ਦੇ ਵਿੱਚ ਕੋਈ ਇਹੋ ਜਿਹਾ ਮੈਂਬਰ ਹੈ ਤਾਂ ਉਹਨੂੰ ਸਾਡੇ ਕੋਲ ਲੈ ਕੇ ਆਓ। ਸਾਡਾ ਹਸਪਤਾਲ ਮਾਡਲ ਟਾਊਨ ਜਲੰਧਰ ਦੇ ਵਿੱਚ ਮਨਜੀਤ ਸੈਣੀ ਹੋਸਪਿਟਲ ਹੈ, ਉੱਥੇ ਆਓ ਅਤੇ ਆਪਣੀ ਬਿਮਾਰੀਆਂ ਦਾ ਇਲਾਜ ਕਰਵਾਓ। ਥੈਂਕ ਯੂ।